ਵਾਹ ਜੀ ਵਾਹ ਕਹਿੰਦੇ ਬੇਲੀ ਨਾ ਬਹੁਤ ਕੁਝ ਕਰਦੀ ਰੋ ਖਾਲੀ ਭਾਂਡਾ ਭਰਦੀ ਰੋ ਬਸ ਬੇਕਾਰ ਮਬਾਸ਼ ਕੁਝ ਨਾ ਕੁਝ ਕੀਆ ਕਰ ਔਰ ਨਹੀਂ ਤਾਂ ਕਪੜੇ ਹੀ ਢੇੜ ਕਰ ਸਿਆ ਕਰ ਬੰਦਾ ਬਣਾਇਆ ਉਹਨੇ ਆਪਣੀ ਖੇਡ ਜਾਂ ਜੋ ਵੀ ਵੇਲਾ ਰਹਿਣ ਲਈ ਨਹੀਂ ਬਣਾਇਆ ਆ ਅਸੀਂ ਬੀਜ ਬੈਠੇ ਜੀ ਗੰਡਿਆਂ ਦਾ ਕਣ ਇਹ ਹੁਣ ਇਹਨੂੰ ਪੁੱਟਦੇ ਆ ਇਹਨੂੰ ਸਪਰੇਅ ਕੀਤੀ ਇਹਨੂੰ ਗੋਡੀਆਂ ਕੀਤੀਆਂ ਗੰਦ ਫੇਰ ਉੱਗਿਆ ਆ ਹੁਣ ਕੱਲਾ ਕੱਲਾ ਕਰਦੇ ਆ ਜੁਦਾ ਕਿਉਂਕੋ ਲਾਨ ਵਾਲੇ ਨਿਆਣੇ ਜਿਹੜੇ ਕਿਤੇ ਇਦਾਂ ਹੀ ਨਾ ਟੰਗਦੇ ਹੁਣ ਇਹਦੇ ਤੋਂ ਬਾਅਦ ਸਰਕਾਰ ਇਹਨੂੰ ਹੁਣ ਫੇਰ ਕੀ ਕਰਨਾ ਜੀ ਖਾਲਸਾ ਸਾਹਿਬ ਹਾਂ ਜੀ ਹੁਣ ਤਕਲ ਕਰਨਾ ਪੈਲੀ ਚ ਇਹਨੂੰ ਹੁਣ ਪੈਲੀ ਦੇ ਵਿੱਚ ਵਟਾਂ ਕੱਢੀਆਂ ਆ ਉਹਨਾਂ ਚ ਮੁਨਤਕਲ ਕਰਨਾ ਹਾਂ ਜੀ ਅੱਛਾ ਜੀ ਇਹਨੂੰ ਫੇਰ ਪਾਣੀ ਕਦੋਂ ਲਾਣਾ ਪਾਣੀ ਲੱਗ ਜਾਵੇ ਤੇ 4-5 ਦਿਨ ਬਾਅਦ ਲਾਉਣਾ ਚਾਹੀਦਾ ਕੋ ਚਾਰ ਦਿਨ ਦਾ ਵਕਫਾ ਪਾ ਕੇ ਲੈਣਾ ਚਾਹੀਦਾ ਜੀ ਖੁਸ਼ਕੀ ਹੋ ਜਾਵੇ ਫੇ ਗੰਢੇਲ ਨਹੀਂ ਕੱਟੇ ਇਹ ਗੰਢੇਲ ਨਹੀਂ ਕੱਟਦਾ ਉਦੋਂ ਤਾਂ ਕਹਿੰਦੇ ਕਣਕਾਂ ਗੰਢਿਆਂ ਵਿੱਚ ਗੰਢੇਲਾ ਹੁੰਦੀਆਂ ਕਣਕਾਂ ਵਿੱਚ ਭਗਾਟ ਬਰਹਾਲ ਦੀ ਬਚਣਾ ਚਾਹੀਦਾ ਸੋਕੇ ਤੁਰੇ ਤਾਂ ਫੇ ਗੰਢੇਲ ਘੱਟ ਫੁੱਟਦੀ ਹੈ ਅੱਛਾ ਸੋਕੇ ਤੁਰੇ ਤਾਂ ਗੰਢੇਲ ਘੱਟ ਤੁਰਦੀ ਹੈ ਬਹੁਤ ਘੱਟ ਤੇ ਬਾਕੀ ਜੀ ਹੁਣ ਤਾਂ ਬਹੁਤ ਸਹੂਲਤਾਂ ਹੋ ਗਈਆਂ ਮਲਚਿੰਗ ਹੋ ਜਾਂਦੀ ਹੈ ਤੇ ਤੋਂ ਅਲਾਵਾ ਹੱਤਪ ਆ ਗਈ ਆ ਹੱਤਪ ਦੀ ਸਪਰੇਅ ਕਰ ਦੋ ਗੰਦ ਮਰ ਜਾਂਦੇ ਆ ਇਹ ਤਾਂ ਹੈਗਾ ਮਸਲਾ ਇੱਥੇ ਤੱਕ ਪਨੀਰੀ ਤੇ ਉਹਨੂੰ ਪਟਣ ਦਾ ਤਰੀਕਾ ਬਾਕੀ ਫੇਰ ਸੇ ਅਸਲਾਮੁਅਲੈਕਮ ਪਾਕਿਸਤਾਨ ਜ਼ਿੰਦਾਬਾਦ